ਪ੍ਰੈਸ ਕਾਨਫਰੰਸ ਦੇ ਦੌਰਾਨ ਸੰਨੀ ਹਿੰਦੁਸਤਾਨੀ ਨੇ ਕਿਹਾ ਕਿ ਉਹ ਇਸ ਮੁਕਾਮ ਤੱਕ ਆਪਣੀ ਮਾਂ ਤੇ ਲੋਕਾਂ ਦੀਆਂ ਦੁਆਵਾਂ ਕਰਕੇ ਪਹੁੰਚਿਆ ਹੈ। ਸੰਨੀ ਨੇ ਕਿਹਾ ਕਿ ਜਲਦੀ ਹੀ ਲੋਕਾਂ ਨੂੰ ਪੰਜਾਬੀ ਗਾਣੇ ਵੀ ਸੁਣਨ ਨੂੰ ਮਿਲਣਗੇ। ਇੰਡੀਅਨ ਆਈਡਲ ਦੇ ਸੀਜ਼ਨ 11 ਦੀਆਂ ਕਈ ਯਾਦਾਂ ਉਸ ਦੇ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਨੂੰ ਉਹ ਕਦੇ ਭੁੱਲ ਨਹੀਂ ਸਕਦਾ। ਆਉਣ ਵਾਲੇ ਦਿਨਾਂ ਵਿੱਚ ਸੰਨੀ ਲੰਡਨ ਲਈ ਰਵਾਨਾ ਹੋਵੇਗਾ ਤੇ ਉੱਥੇ ਪਹੁੰਚ ਕੇ ਉਹ ਆਪਣਾ ਸ਼ੋਅ ਕਰੇਗਾ। ਜਿਹੜੀ ਟਰਾਫੀ ਲੈ ਕੇ ਆਇਆ ਮੈਂ ਇੱਥੇ, ਆਹ ਇਹ ਤਾਂ ਪਹਿਲਾਂ ਮੈਂ ਉਸ ਸਾਰੀ ਤੁਸੀਂ ਜਨਤਾ ਦਾ ਅਤੇ ਲੋਕਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਉਹਨਾਂ ਦੀ ਵਜ੍ਹਾ ਨਾਲ ਇਹ ਮਿਲੀ ਮੈਨੂੰ। ਮੇਰਾ ਤਾਂ ਥੋੜ੍ਹੀ ਜਿਹੀ ਮਿਹਨਤ ਹੈਗੀ ਅਤੇ ਬਸ ਉਹਨਾਂ ਦੀ ਮਿਹਨਤ, ਅਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਜੇ ਜਿਸ ਬਠਿੰਡੇ 'ਤੇ ਮੈਂ ਬਿਲਕੁਲ ਇਕੱਲਾ ਸੀ, ਅੱਜ ਪੂਰੀ ਦੁਨੀਆ ਮੇਰੇ ਨਾਲ ਖੜ੍ਹੀ ਅਤੇ ਇਸ ਗੱਲ ਦੀ ਬਹੁਤ ਖੁਸ਼ੀ ਹੈ। ਅਤੇ ਜਿਹੜੀ ਮੰਮੀ ਦੀ ਚਿਹਰੇ 'ਤੇ ਜਿਹੜੀ ਉਹ ਮੁਸਕਾਨ ਹੈ ਅਤੇ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੈ, ਕਿਉਂਕਿ ਬਹੁਤ ਘੱਟ ਮੁਸਕਾਨ ਦੇਖੀ ਹੈ ਮੇਰੀ ਮੰਮੀ ਦੇ ਚਿਹਰੇ 'ਤੇ ਮੈਂ, ਕਿਉਂਕਿ ਬਹੁਤ ਜੇ ਟੈਨਸ਼ਨਾਂ 'ਚ ਅਤੇ ਬਹੁਤ ਸਟਰਗਲ ਕਰਕੇ ਬਹੁਤ ਹੀ ਮੁਸੀਬਤਾਂ ਦੇਖ ਕੇ ਇੱਥੇ ਤੱਕ ਆਇਆ ਸੀ ਅਤੇ ਫਾਈਨਲੀ ਇਹ ਟਰੋਫੀ ਮੈਂ ਜਿੱਤਿਆ। ਅਤੇ ਮੈਂ ਸਾਰੇ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ ਕਹਿਣਾ ਚਾਹੂੰਗਾ ਅਤੇ ਤੁਸੀਂ ਸੱਚੀਆਂ ਦੁਆਵਾਂ ਕੀਤੀਆਂ ਮੇਰੇ ਨਾਲ ਅਤੇ ਉਸ ਰੱਬ ਦਾ ਵੀ ਸ਼ੁਕਰ ਕਰਨਾ ਚਾਹੂੰਗਾ। ਜੀ ਹੁਣੇ ਤੁਸੀਂ ਪੰਜਾਬੀ 'ਚ ਵੀ ਗਾਣੇ ਸੁਣੋਗੇ ਜਲਦੀ? ਕੋਈ ਆਇਆ ਪੰਜਾਬੀ ਕਲਾਕਾਰ? ਆਉਣ ਵਾਲੇ ਹੈ, ਬਸ ਹੁਣ ਮੈਂ ਸਿੱਖਣਾ ਚਾਹੂੰਗਾ ਜੀ, ਮੈਂ ਦੇਖਾਂਗਾ ਹਾਲੇ। ਜੀ ਮੇਰਾ ਇਹਨਾਂ ਦੇ ਨਾਲ ਹੀ ਸਵਾਲ ਹੈ, ਤੁਸੀਂ ਕਹਿੰਦੇ ਹੋ ਵੀ ਮੇਰਾ ਕੋਈ ਉਸਤਾਦ ਨਹੀਂ ਸੀ, ਪਰ ਮਾਰਕੀਟ 'ਚ ਦੱਸਿਆ ਵੀ ਤੁਸੀਂ ਸਿੱਖਿਆ ਸੀ, ਉੱਥੇ ਜਿਹੜੀ ਟੀਮ ਸੀ ਉਹਨਾਂ ਦੀ ਟੀਮ ਦੇ ਦਬਾਅ ਹੇਠਾਂ ਤੁਸੀਂ ਇਹ ਬਿਆਨ ਦੇ ਦਿੱਤਾ ਵੀ ਮੈਂ ਕਿਸੇ ਤੋਂ ਨਹੀਂ ਸਿੱਖਿਆ। ਨਹੀਂ ਐਸਾ ਕੁਛ ਨਹੀਂ, ਕੋਈ ਲਵਜੀਤ ਨਾਂ ਦਾ ਬੰਦਾ ਸੀ ਤੇ ਤੁਸੀਂ ਸਿੱਖਿਆ? ਮਾਰਕੀਟ 'ਚ ਕਾਫੀ ਚਰਚਾ ਆਈਆਂ। ਨਹੀਂ ਜੀ ਸਿੱਖਿਆ ਨਹੀਂ ਹੈ, ਸਿੱਖਣ ਦਾ ਮਤਲਬ ਜਿਹਦੇ ਕੋਲ ਨਹੀਂ ਸਿੱਖਿਆ ਨਹੀਂ ਮੈਂ ਕਿਸੇ ਕੋਲ ਵੀ। ਹਾਲੇ ਅਵਤਾਰ ਸਿੰਘ ਕੈਂਥ ਦੀ ਰਿਪੋਰਟ ਦਾ TVNRI।